ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਮੇਰੇ ਯੂਟਿਊਬ ਚੈਨਲ ਦੇ ਉੱਤੇ। ਅੱਜ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ ਟੋਪਿਕਸ ਆਫ BA semester 3। BA semester 3 ਦੇ ਇੰਗਲਿਸ਼ ਦੇ ਮੇਨ ਮੇਨ ਟੋਪਿਕਸ ਦਾ ਕੋਈ ਵੀ 6 ਟੋਪਿਕਸ ਨੇ ਉਹ ਤੁਸੀਂ ਤਿਆਰ ਕਰ ਸਕਦੇ ਹੋ, ਕਿਉਂਕਿ 8 ਟੋਪਿਕ ਨੇ। ਇਹ 6 ਟੋਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਇਹਨਾਂ ਦੀ ਜਾਂ ਤਾਂ ਤੁਸੀਂ ਸਮਰੀ ਤਿਆਰ ਕਰ ਲਓ ਜਾਂ ਮੇਨ ਆਈਡੀਆ, ਦੋਨਾਂ ਦੇ ਵਿੱਚੋਂ ਇੱਕ, ਠੀਕ ਹੈ। ਇਹ ਜੇ 6 ਕੁਸ਼ਚਨ ਤੁਸੀਂ ਤਿਆਰ ਕਰ ਲਏ, 6 ਦੀ ਸਮਰੀ ਅਗਰ ਤੁਸੀਂ ਤਿਆਰ ਕਰ ਲਈ ਤਾਂ ਤੁਹਾਡੇ ਮਾਰਕਸ ਅੱਛੇ ਆ ਜਾਣਗੇ। ਸੋ ਫਸਟ ਜਿਹੜਾ ਟੋਪਿਕ ਹੈਗਾ ਉਹ ਵਿਕੀਲੀਕਸ ਅਤੇ ਫੇਸਬੁੱਕ ਦਾ ਹੈ, ਠੀਕ ਹੈ। ਇਹ ਹਮੇਸ਼ਾ ਕੁਸ਼ਚਨ ਦੇ ਵਿੱਚ ਆਉਂਦਾ ਹੁੰਦਾ, ਬਹੁਤ ਵਾਰ ਰਿਪੀਟ ਹੁੰਦਾ, ਕਿਉਂਕਿ ਮੇਰੇ ਕੋਲ ਸਟੂਡੈਂਟਸ ਆਉਂਦੇ ਨੇ, ਸੋ ਮੈਂ ਪੜ੍ਹਾਉਂਦੀ ਹਾਂ ਉਹਨਾਂ ਨੂੰ, ਤਾਂ ਮੈਨੂੰ ਪਤਾ ਕਿ ਇਹ ਵਾਲਾ ਕੁਸ਼ਚਨ ਜਿਹੜਾ ਹੈਗਾ ਜ਼ਰੂਰ ਰਿਪੀਟ ਹੁੰਦਾ। ਇੱਕ ਜਿਹੜਾ ਬਾਰ ਬਾਰ ਹੋਰ ਰਿਪੀਟ ਹੁੰਦਾ, ਔਨ ਲੈਟਰ ਰਾਈਟਿੰਗ, ਤਾਂ ਇਹਦੀ ਸਮਰੀ ਵੀ ਪੁੱਛ ਲੈਂਦੇ ਨੇ, ਇਹ ਕਈ ਵਾਰ ਇਹਦਾ ਮੇਨ ਆਈਡੀਆ ਮੇਨ ਥੀਮ ਵੀ ਪੁੱਛ ਲੈਂਦੇ ਨੇ। ਸੋ ਅਗਰ ਕੁਛ ਵੀ ਪੁੱਛਿਆ ਜਾਵੇ ਤਾਂ ਤੁਸੀਂ ਸਮਰੀ ਲਿਖ ਕੇ ਆ ਸਕਦੇ ਹੋ, ਠੀਕ ਹੈ ਜੀ। ਬਸ ਥੋੜ੍ਹਾ ਤੁਹਾਨੂੰ ਮੋਲਡ ਕਰਨਾ ਆਉਣਾ ਚਾਹੀਦਾ ਪੇਪਰ ਨੂੰ। ਥਰਡ ਜਿਹੜਾ ਕੁਸ਼ਚਨ ਹੈ ਟੋਸਟਡ ਇੰਗਲਿਸ਼, ਸੋ ਇਹ ਬਹੁਤ ਅੱਛਾ ਔਰ ਇੰਪੋਰਟੈਂਟ ਕੁਸ਼ਚਨ ਹੈ। ਫੋਰਥ ਜਿਹੜਾ ਟੋਪਿਕ ਹੈ ਵਰਕ ਬ੍ਰਿੰਗ ਸੋਲੇਸ, ਇਹ ਵੀ ਬਹੁਤ ਅੱਛਾ ਟੋਪਿਕ ਹੈ, ਬਟ ਜਿਹੜਾ ਹੈ ਟੋਸਟਡ ਇੰਗਲਿਸ਼, ਔਨ ਲੈਟਰ ਰਾਈਟਿੰਗ, ਵਿਕੀਲੀਕਸ ਅਤੇ ਫੇਸਬੁੱਕ, ਇਹ ਵਾਲੇ ਜਿਹੜੇ ਕੁਸ਼ਚਨ ਬਹੁਤ ਵਾਰ ਰਿਪੀਟ ਹੁੰਦੇ ਨੇ। ਸੋ ਪਹਿਲੇ 4 ਟੋਪਿਕ ਬਹੁਤ ਹੀ ਜ਼ਿਆਦਾ ਰਿਪੀਟ ਹੁੰਦੇ ਨੇ। ਫਿਫਥ ਵਾਲਾ ਟੋਪਿਕ ਹੈ ਇਸ਼ੂਜ਼ ਇਨ ਰਾਈਟਿੰਗ ਆਫ ਇਨਵਾਇਰਮੈਂਟਲ ਹਿਸਟਰੀ, ਸੋ ਇਹ ਵੀ ਇੰਪੋਰਟੈਂਟ ਟੋਪਿਕ ਹੈ। ਇੱਕ ਜਿਹੜਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੋਪਿਕ ਹੈ ਅਤੇ ਤਕਰੀਬਨ ਕਾਫੀ ਵਾਰ ਰਿਪੀਟ ਹੁੰਦਾ ਹੈ, ਵਾਈ ਆਈ ਵਾਂਟ ਅ ਵਾਈਫ, ਇਹਨੂੰ ਜ਼ਰੂਰ ਤਿਆਰ ਕਰਕੇ ਜਾਇਓ। ਇੱਕ ਲੈਟਰ ਰਾਈਟਿੰਗ, ਇੱਕ ਟੋਸਟਡ ਇੰਗਲਿਸ਼ ਵਾਲਾ, ਇਹ 3-4 ਟੋਪਿਕਸ ਦਾ ਬਹੁਤ ਹੀ ਜ਼ਿਆਦਾ ਪ੍ਰੀਪੇਅਰ ਕਰਕੇ ਜਾਇਓ ਤੁਸੀਂ, ਜਾਂ ਤੁਸੀਂ ਸਮਰੀ ਕਰ ਲਓ, ਠੀਕ ਹੈ। 6 ਸਮਰੀਆਂ ਤਿਆਰ ਕਰ ਲਓ, ਬਿਲਕੁਲ ਜਿਹੜਾ ਹੈ ਪਰਫੈਕਟਲੀ ਪਰਫੈਕਸ਼ਨ ਦੇ ਨਾਲ ਤੁਸੀਂ ਤਿਆਰ ਕਰੋ, ਜਾਂ ਤੁਸੀਂ ਸਭ ਦੇ ਮੇਨ ਥੀਮ ਮੇਨ ਆਈਡੀਆ ਜਿਹਨੂੰ ਕਹਿੰਦੇ ਹਨ ਉਹ ਤਿਆਰ ਕਰ ਲਓ। ਸੋ ਇਹ 6 ਦੇ 6 ਟੋਪਿਕ ਤੋਂ ਇਲਾਵਾ ਤੁਹਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ। ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਊਗਾ, ਇਹ ਇੰਪੋਰਟੈਂਟ ਟੋਪਿਕ ਸੀਗੇ। ਸੋ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ, ਮਿਲਦੇ ਨਵੇਂ ਵੀਡੀਓ ਦੇ ਨਾਲ, ਧੰਨਵਾਦ।